ਰਣਦੀਪ ਜੀ ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵਿਜੇ, ਸਤਿ ਸ਼੍ਰੀ ਅਕਾਲ ਤੁਹਾਡੀ ਸਾਰੇ ਟੀਮ ਐਂਡ ਸਰੋਤਿਆਂ ਨੂੰ। ਤੁਹਾਡੀ ਕੈਂਪੇਨ ਕਿਵੇਂ ਚੱਲ ਰਹੀ ਹੈ ਜੀ? ਕੈਂਪੇਨ ਵਿਜੇ ਬਹੁਤ ਵਧੀਆ ਚੱਲ ਰਹੀ ਹੈ। ਰਿਸਪੌਂਸ ਡੋਰ ਸਟੈਪ ਤੇ ਬਹੁਤ ਜ਼ਿਆਦਾ ਵੈਲਕਮਿੰਗ ਹੈ। ਆਈ ਥਿੰਕ ਮੇਰੇ ਵਾਸਤੇ ਪਰਸਨਲੀ 2019 ਨਾਲੋਂ ਵੀ ਬੈਟਰ ਵਾਈਬਸ ਫੀਲ ਹੁੰਦੀਆਂ। ਲੋਕ ਬੜੇ ਉਤਸ਼ਾਹ ਦੇ ਨਾਲ ਗ੍ਰੀਟ ਕਰਦੇ, ਮੀਟ ਕਰਦੇ, ਸਪੋਰਟ ਕਰਦੇ, ਸਾਈਨ ਲਾਉਂਦੇ, ਆਪਣੇ ਘਰਾਂ 'ਚ ਸੱਦਦੇ ਆ। ਸਗਾ ਕਈ ਵਾਰੀ ਮੁਸ਼ਕਿਲ ਹੋ ਜਾਂਦਾ ਦੂਸਰੀ ਦੌਰ ਤੱਕ ਜਾਣ ਲਈ। ਸੋ ਰਿਸਪੌਂਸ ਬਹੁਤ ਜ਼ਿਆਦਾ ਵਧੀਆ। ਸੋ ਮੈਂ ਬੜਾ ਉਮੀਦ ਕਰਦਾ ਕਿ ਇਸੇ ਤਰ੍ਹਾਂ ਸਾਨੂੰ ਦੁਬਾਰਾ ਚੋਣ ਇਲੈਕਸ਼ਨ ਦੇ ਵਿੱਚ ਜਿੱਤ ਕੇ ਭੇਜਣਗੇ ਦੁਬਾਰਾ। ਅੱਛਾ, ਹੁਣ ਜਿਹੜਾ ਹਾਊਸਿੰਗ ਕ੍ਰਾਈਸਿਸ ਆ, ਉਹ ਐਤਕੀ ਇਲੈਕਸ਼ਨ ਦੇ ਵਿੱਚ ਇੱਕ ਅਜਿਹਾ ਪੁਆਇੰਟ ਬਣ ਗਿਆ, ਅਜਿਹਾ ਮੁੱਦਾ ਬਣ ਗਿਆ ਜਿਹਦੇ ਬਾਰੇ ਸਾਰੀਆਂ ਪਾਰਟੀਆਂ ਗੱਲ ਕਰਦੀਆਂ ਪਈਆਂ ਨੇ। ਹੁਣ ਤੁਸੀਂ ਕਿਉਂਕਿ ਰੂਲਿੰਗ ਪਾਰਟੀ ਦੇ ਵਿੱਚ ਰਹੇ ਪਿਛਲੇ 6 ਸਾਲਾਂ ਦੇ ਵਿੱਚ, ਅਤੇ ਇਹਨਾਂ 6 ਸਾਲਾਂ ਦੇ ਵਿੱਚ ਹਾਊਸਿੰਗ ਦੀਆਂ ਘਰਾਂ ਦੀਆਂ ਕੀਮਤਾਂ ਕਿਤੇ ਦੀਆਂ ਕਿਤੇ ਪਹੁੰਚ ਗਈਆਂ। ਜੇ ਦੇਖਿਆ ਜਾਵੇ ਕਿ 2015 ਦੇ ਵਿੱਚ ਕਿੱਥੇ ਸੀ ਅਤੇ ਹੁਣ ਉਹ ਕੀਮਤਾਂ ਕਿੱਥੇ ਨੇ, ਪੈਂਡਮਿਕ ਦੌਰਾਨ ਕੀ ਕੁਝ ਹੋਇਆ, ਜਿਹੜੀਆਂ ਗੱਲਾਂ ਹੁਣ ਕੀਤੀਆਂ ਜਾ ਰਹੀਆਂ ਨੇ, ਹਾਊਸਿੰਗ ਕ੍ਰਾਈਸਿਸ ਪਿਛਲੇ 1 ਸਾਲ ਦੇ ਵਿੱਚ ਤਾਂ ਪਣਪਿਆ ਨਹੀਂ। ਹੁਣ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਆਉਂਦਾ ਵੀ ਇਸ ਤੋਂ ਪਹਿਲਾਂ ਕੋਈ ਸਟੈਪਸ ਕਿਉਂ ਨਾ ਲਏ ਗਏ ਤਾਂ ਕਿ ਅਫੋਰਡੇਬਿਲਿਟੀ ਨੂੰ ਵਧਾਇਆ ਜਾ ਸਕੇ। ਦੇਖੋ, ਵੈਰੀ ਗੁੱਡ ਕੁਐਸਚਨ। ਅਸੀਂ ਐਕਚੁਅਲੀ ਸਟੈਪ ਕੀਤਾ ਸੀ, ਸਭ ਤੋਂ ਪਹਿਲਾਂ ਅਸੀਂ ਇਹਨੂੰ ਸਮਝਣ ਵਾਸਤੇ, ਕਿਉਂਕਿ ਬਹੁਤ ਡੀਪ ਔਰ ਬੜੀ ਕੰਪਲੀਕੇਟਡ ਇਹ ਮਸਲਾ ਹੈਗਾ, ਅਸੀਂ ਨੈਸ਼ਨਲ ਸਟ੍ਰੈਟਜੀ ਔਨ ਹਾਊਸਿੰਗ ਕੀਤੀ ਸੀ। ਉਹ 2017 ਦੇ ਵਿੱਚ ਉਹ ਫਾਈਨਲਾਈਜ਼ ਹੋਈ ਸੀ, ਕੈਨੇਡਾ ਵਾਈਡ ਰਿਪੋਰਟ ਬਣੀ ਸੀ। ਪਹਿਲੀ ਵਾਰੀ ਕੈਨੇਡੀਅਨ ਫੈਡਰਲ ਗਵਰਨਮੈਂਟ ਨੇ ਹਾਊਸਿੰਗ ਨੂੰ ਫੈਡਰਲ ਇਸ਼ੂ ਬਣਾ ਕੇ ਆਪਣੇ ਮੋਢਿਆਂ 'ਤੇ ਚੱਕ ਕੇ ਇਹਨੂੰ ਦੇਖਿਆ ਗਿਆ। ਉਹਦੇ ਵਿੱਚ ਆਲ ਦਾ ਵੇ ਹੋਮਲੈਸ ਹਾਊਸਿੰਗ ਤੋਂ ਲੈ ਕੇ ਅਫੋਰਡੇਬਲ ਰੈਂਟਲ ਹਾਊਸਿੰਗ ਤੋਂ ਲੈ ਕੇ ਫਸਟ ਟਾਈਮ ਹੋਮ ਬਾਇਰ, ਸੈਕਿੰਡ ਟਾਈਮ ਹੋਮ ਬਾਇਰ, ਉਸ ਤੋਂ ਬਾਅਦ ਸੀਨੀਅਰਸ ਐਂਡ ਲੌਂਗ ਟਰਮ ਕੇਅਰ ਐਂਡ ਪੈਲੇਟਿਵ ਕੇਅਰ ਤੱਕ, ਬਿਗਿਨਿੰਗ ਸਪੈਕਟਰਮ ਤੋਂ ਲੈ ਕੇ ਐਂਡ ਸਪੈਕਟਰਮ ਤੱਕ ਉਹ ਹਾਊਸਿੰਗ ਦੀ ਸਟੱਡੀ ਕੀਤੀ ਗਈ। ਉਹ 'ਚ ਨਾਨ ਪ੍ਰੋਫਿਟ, ਫੋਰ ਪ੍ਰੋਫਿਟ ਕੀਤੇ ਗਏ। ਉਹਦੇ ਨਾਲ ਅਸੀਂ ਸਭ ਤੋਂ ਪਹਿਲਾਂ ਜਿਹੜੇ ਬੇ ਘਰੇ ਸੀਗੇ ਉਹਨਾਂ ਨੂੰ ਇੱਕਦਮ ਘਰ ਲੈਣ ਵਾਸਤੇ, ਕਿਉਂਕਿ ਅਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਸੀ, ਕੋਈ ਨਹੀਂ ਚਾਹੁੰਦਾ ਕਿ ਇਸ ਤਰ੍ਹਾਂ ਕੋਈ ਸਟਰੀਟ ਦੇ ਵਿੱਚ ਰਹੇ ਜਾਂ ਹੋਰ ਪਾਸੇ। ਉਹਦੀ ਸਟ੍ਰੈਟਜੀ ਕੀਤੀ ਗਈ, ਅਫੋਰਡੇਬਲ ਰੈਂਟਰ ਨੂੰ ਲੈਂਦਿਆਂ ਹੋਇਆ ਅਸੀਂ 13 ਬਿਲੀਅਨ ਪਹਿਲਾਂ ਐਲਾਨ ਕੀਤਾ ਸੀ, ਫਿਰ 12 ਬਿਲੀਅਨ ਹੋਰ, ਕਿਉਂਕਿ ਆਪਾਂ ਦੇਖੀਏ ਕੋਈ ਵੀ ਅਪਾਰਟਮੈਂਟ ਬਿਲਡਿੰਗਾਂ ਰੈਂਟਲ ਸਟਾਕ ਤਕਰੀਬਨ 1960 ਤੋਂ ਬਾਅਦ ਬਣਿਆ ਨਹੀਂ ਹੈਗਾ। ਸੋ ਉਹਦੇ ਵਾਸਤੇ ਕੀਤਾ, ਉਹ 'ਚ ਮੈਂ ਬੜਾ ਮਾਣ ਨਾਲ ਕਹਿ ਸਕਦਾ ਕਿ ਹੁਣ 12 ਬਿਲੀਅਨ ਹੋਰ ਵੀ ਕੀਤਾ, ਔਰ 3 ਬਿਲੀਅਨ ਲੋਅਰ ਮੇਨਲੈਂਡ 'ਚ ਆਲਰੇਡੀ ਆ ਚੁੱਕਾ, ਜਿਹਦੇ 11 ਦੀ ਗਿਣਤੀ 'ਚ ਯੂਨਿਟ ਬਣ ਗਏ ਆ। ਪਰ ਜੀ ਰਣਦੀਪ ਜੀ, ਪਰ ਪਿਛਲੇ ਮਹੀਨੇ PBO ਵੱਲੋਂ ਇੱਕ ਰਿਪੋਰਟ ਸਾਂਝੀ ਕੀਤੀ ਗਈ ਸੀ ਪਾਰਲੀਮੈਂਟਰੀ ਬਜਟ ਆਫਿਸਰ ਵੱਲੋਂ, ਉਹਨਾਂ ਨੇ ਕਿਹਾ ਸੀ ਕਿ ਫੈਡਰਲ ਹਾਊਸਿੰਗ ਸਟ੍ਰੈਟਜੀ ਦਾ ਬਹੁਤ ਹੀ ਲਿਮਿਟਿਡ ਇੰਪੈਕਟ ਹੋਇਆ ਅਫੋਰਡੇਬਲ ਹਾਊਸਿੰਗ 'ਤੇ। ਦੇਖੋ, ਇਹ ਕਿਉਂਕਿ ਪਹਿਲੀ ਗੱਲ ਤਾਂ ਸਪਲਾਈ ਦੀ, ਮੈਂ ਸੈਕਿੰਡ ਗੱਲ ਆਉਣਾ ਜਿੱਥੇ ਘਰਾਂ ਦੀ ਗੱਲ ਆ, ਸਪਲਾਈ ਵੀ ਬਹੁਤ ਮੁਸ਼ਕਲ ਆਉਂਦੀ ਆ, ਡਿਮਾਂਡ ਬਹੁਤ ਜ਼ਿਆਦਾ ਆ ਔਰ ਸਪਲਾਈ ਬਹੁਤ ਥੋੜ੍ਹਾ। ਉਹਦੇ ਵਾਸਤੇ ਅਸੀਂ ਇਹ ਕੀਤਾ ਸੀ, ਅੱਗੇ ਵੀ ਇਨਸੈਂਟਿਵ ਕੀਤਾ, ਹੁਣ ਹੋਰ ਇਨਸੈਂਟਿਵ ਆ ਕਿ 4 ਬਿਲੀਅਨ ਜਿਹੜੇ ਸਿਟੀਜ਼ ਕਹਿਣਗੇ ਕਿ ਅਸੀਂ ਵੇਟ ਲਿਸਟ ਘਟਾਵਾਂਗੇ ਸਾਡੀ ਬਿਲਡਿੰਗ ਪਰਮਿਟ ਅਤੇ ਡਿਵੈਲਪਮੈਂਟ ਪਰਮਿਟ, ਪਲੱਸ ਹੋਰ ਲੈਂਡ ਜਾਂ ਹੋਰ ਡੈਂਸਰੀ ਅਵੇਲੇਬਲ ਕਰਾਂਗੇ, ਉਹਨਾਂ ਵਾਸਤੇ ਇਹ ਇਨਸੈਂਟਿਵ ਕੀਤਾ ਜਾ ਰਿਹਾ ਕਿ ਜੇ ਤੁਸੀਂ ਆਹ 2-3 ਚੀਜ਼ਾਂ ਕਰੋਗੇ ਤੁਹਾਨੂੰ ਐਕਸਟਰਾ ਮਨੀ ਮਿਲੂਗੀ, ਕਿਉਂਕਿ ਉਹ ਕੋਸਟ ਇਸ ਵੇਲੇ ਬਾਹਰ 'ਤੇ ਪੈ ਰਹੀ। ਜਦੋਂ 4 ਸਾਲ ਜਾਂ 5 ਸਾਲ ਡਿਵੈਲਪਮੈਂਟ ਪਰਮਿਟ ਨੂੰ ਲੱਗ ਜਾਂਦਾ, ਉਹ ਡਿਵੈਲਪਰ ਵੀ ਫਿਰ ਆਪਣਾ ਪ੍ਰੋਫਿਟ ਮਾਰਜਨ ਡਬਲ ਜਾਂ ਟ੍ਰਿਪਲ ਰੱਖਦਾ, ਕਿਉਂਕਿ ਸਾਵੇਂ ਉਹ 2 ਪ੍ਰੋਜੈਕਟ ਕਰ ਲੈਣੇ ਉਨੇ ਟਾਈਮ 'ਚ ਜਾਂ 3, ਸਾਵੇਂ ਉਹ 1 ਕਰਨਾ, ਔਰ ਪਲੱਸ ਉਹਦਾ ਵਿਆਜ ਐਕਸਟਰਾ ਉਹ ਅਸੀਂ ਕਰ ਰਹੇ, ਜਿਹੜਾ ਕਿ ਜ਼ਿੰਮੇਵਾਰੀ ਪ੍ਰੋਵਿੰਸਾਂ ਦੀ ਆ, ਪਰ ਅਸੀਂ ਫਿਰ ਵੀ ਮਦਦ ਕਰ ਰਹੇ ਹਾਂ ਕਿਉਂਕਿ ਉਹਨਾਂ ਕੋਲ ਸਾਧਨ ਕਈ ਵਾਰੀ ਨਹੀਂ ਉਨੇ ਹੁੰਦੇ। ਇਸ ਤੋਂ ਇਲਾਵਾ ਅਸੀਂ ਫਸਟ ਟਾਈਮ ਹੋਮ ਬਾਇਰ ਪ੍ਰੋਗਰਾਮ ਕੀਤਾ, ਜਿਹਦੇ ਵਿੱਚ 10% ਅਪ ਟੂ ਫੈਡਰਲ ਗਵਰਨਮੈਂਟ ਡਾਊਨ ਪੇਮੈਂਟ ਦੇਊਗੀ ਪਹਿਲੇ ਲਈ। ਹੁਣ ਨਵਾਂ ਐਲਾਨ ਹੈ ਕਿ ਅਸੀਂ RRSP ਅਕਾਊਂਟ ਕਰਾਂਗੇ ਕਿ ਤੁਸੀਂ ਟੈਕਸ ਫਰੀ ਪੈਸੇ ਜੋੜ ਸਕਦੇ ਆ 40,000 ਡਾਊਨ ਪੇਮੈਂਟ ਲਈ, ਔਰ ਉਹ 40,000 ਤੁਸੀਂ ਇਨਵੈਸਟ, ਜਿਹੜਾ ਉਹਦਾ ਵਿਆਜ ਬਣਦਾ ਜਾਂ ਇਨਵੈਸਟਮੈਂਟ ਇੰਕਰੀਜ਼ ਹੁੰਦਾ, ਉਹ ਵੀ ਟੈਕਸ ਫਰੀ ਹੋਊਗਾ ਔਰ ਉਹ ਮੋੜਨਾ ਨਹੀਂ ਪਊਗਾ ਜਦੋਂ ਤੁਸੀਂ ਘਰ ਦੇ ਵਿੱਚ ਇਨਵੈਸਟ ਕਰਦੇ। ਉਹ under 40 ਵਾਲਿਆਂ ਵਾਸਤੇ ਹੀ ਹੋਊਗਾ ਜੀ, ਹੈਨਾ? ਹਾਂਜੀ, under 40 ਫਸਟ ਟਾਈਮ ਹੋਮ ਬਾਇਰ ਵਾਸਤੇ, ਸੋ ਜਿਹੜਾ ਪਹਿਲੀ ਵਾਰੀ ਲੈ ਰਿਹਾ। ਸੋ ਇਹ ਕੰਬਾਈਂਡ ਵਿਦ ਸਾਡਾ ਪਹਿਲਾ ਪ੍ਰੋਗਰਾਮ, ਇਹ ਕਾਫੀ ਲੋਕਾਂ ਨੂੰ ਮਦਦ ਕਰੂਗਾ, ਪਰ ਸਪਲਾਈ ਨੂੰ ਇੰਕਰੀਜ਼ ਹੋਣਾ ਪੈਣਾ। ਸੋ ਸਪਲਾਈ ਨੂੰ ਇੰਕਰੀਜ਼ ਕਰਨ ਨੂੰ ਸਾਨੂੰ ਕੋਆਪਰੇਸ਼ਨ ਸਿਟੀਜ਼ ਔਰ ਪ੍ਰੋਵਿੰਸਿਸ ਦੇ ਨਾਲ ਕਰਨੀ ਪੈਣੀ ਆ, ਜਿਹਦੇ ਨਾਲ ਉਹ ਸਪਲਾਈ ਮਾਰਕੀਟ ਦੇ ਵਿੱਚ ਵੱਧ ਲਵੇ। ਸਾਨੂੰ ਪਤਾ ਸਪਲਾਈ ਐਂਡ ਡਿਮਾਂਡ ਦਾ ਮਾਮਲਾ ਹੈਗਾ, ਔਰ ਇਹ ਖਾਸ ਕਰਕੇ ਵੱਡੇ ਮੈਟਰੋਪੋਲੀਟਨ ਏਰੀਆ ਜਿਹੜੇ 2 ਆ, ਟੋਰੋਂਟੋ ਔਰ ਵੈਨਕੂਵਰ, ਇਹ ਔਰ ਵਿਕਟੋਰੀਆ, ਇਹਨਾਂ 3 ਏਰੀਆ ਦੇ ਵਿੱਚ ਇਹ ਜ਼ਿਆਦਾ ਮਹਿੰਗਾਈ ਹੋ ਰਹੀ, ਕਿਉਂਕਿ ਸਪਲਾਈ ਨਹੀਂ ਉਨਾ ਕ੍ਰੀਏਟ ਹੋ ਰਿਹਾ ਜੀ। ਅੱਛਾ ਰਣਦੀਪ ਜੀ, ਹੁਣ ਜਦੋਂ ਇਲੈਕਸ਼ਨ ਕਾਲ ਕੀਤਾ ਗਿਆ, ਹੁਣ ਇਹ ਇਸ ਗੱਲ ਨੂੰ ਲੈ ਕੇ ਵੀ ਨਿਖੇਧੀ ਬਹੁਤ ਚੱਲਦੀ ਰਹੀ ਕਿ ਇਲੈਕਸ਼ਨ ਇਸ ਵੇਲੇ ਕਾਲ ਕਰਨ ਦੀ ਜ਼ਰੂਰਤ ਨਹੀਂ ਸੀ, ਹੁਣ ਨਾਲ ਦੀ ਨਾਲ ਅਫਗਾਨਿਸਤਾਨ ਦੇ ਵਿੱਚ ਜੋ ਕ੍ਰਾਈਸਿਸ ਬਣਿਆ, ਹੁਣ ਇਹ ਗੱਲ ਸੱਚੀ ਹੈ ਵੀ ਕੋਈ ਇਸ ਗੱਲ ਨੂੰ ਪ੍ਰੋਜੈਕਟ ਹੀ ਨਹੀਂ ਸੀ ਕਰ ਸਕਿਆ, ਪ੍ਰਿਡਿਕਟ ਨਹੀਂ ਸੀ ਕਰ ਸਕਿਆ
ਕਿ ਤਾਲਿਬਾਨ ਇੰਨੀ ਛੇਤੀ ਅਫਗਾਨਿਸਤਾਨ 'ਤੇ ਕਾਬਜ਼ ਹੋ ਜਾਣਗੇ। ਸੋ ਉਹ ਗੱਲ 'ਤੇ ਮਤਲਬ ਸਾਰਿਆਂ ਨੂੰ ਹੀ ਉਸਨੇ ਹੈਰਾਨ ਕਰ ਦਿੱਤਾ। ਪਰ ਨਾਲ ਹੀ ਹੁਣ ਜਿਵੇਂ ਰਿਪੋਰਟਾਂ ਆ ਰਹੀਆਂ ਨੇ ਕਿ ਕੈਨੇਡਾ ਦੇ ਵਿੱਚ ਜਿਹੜੇ ਕੈਨੇਡਾ ਦੇ ਉੱਥੇ ਕਮਿਸ਼ਨਰ ਸੀਗੇ ਉੱਥੇ ਅਫਗਾਨਿਸਤਾਨ ਦੀ ਐਮਬੈਸੀ ਦੇ ਵਿੱਚ, ਉਹ ਵੀ ਉੱਥੋਂ ਛੁੱਟੀ ਲੈ ਕੇ ਆ ਗਏ ਸੀ, ਅਤੇ ਉੱਥੋਂ ਜਿਹੜੇ ਹਿੰਦੂ ਅਤੇ ਸਿੱਖਾਂ ਨੂੰ ਕੱਢ ਕੇ ਲਿਆਉਣਾ ਸੀ ਫੈਮਿਲੀਜ਼ ਨੂੰ ਬਚਾ ਕੇ, ਉਹ ਵੀ ਹੁਣ ਸਾਰੇ ਦੇ ਸਾਰੇ ਉੱਥੋਂ ਆ ਨਹੀਂ ਸਕੇ। ਅਤੇ ਇਹ ਸਾਰੀ ਗੱਲ ਦੇ ਵਿੱਚ ਤੁਸੀਂ ਬੜੇ ਲੰਮੇ ਸਮੇਂ ਤੋਂ ਪਹਿਲਾਂ ਵੀ ਇੱਥੇ ਕੰਮ ਕਰਦੇ ਆ ਰਹੇ ਸੀ, ਹੁਣ ਜਦੋਂ ਆ ਸਾਰੀ ਸਿਚੁਏਸ਼ਨ ਤੁਸੀਂ ਪਣਪਦੀ ਹੋਈ ਵੇਖੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੀ ਇਸ ਵੇਲੇ ਜੇ ਇਲੈਕਸ਼ਨ ਨਾ ਹੋ ਰਿਹਾ ਹੁੰਦਾ ਤਾਂ ਕੀ ਸਰਕਾਰ ਦਾ ਰਿਸਪੌਂਸ ਬੈਟਰ ਹੋ ਸਕਦਾ ਸੀ? ਦੇਖੋ, ਜਿਹੜੇ ਇੰਸੀਡੈਂਟਸ ਇੰਟਰਨੈਸ਼ਨਲ ਮਾਮਲੇ ਹੁੰਦੇ ਇੱਦਾਂ ਦੇ, ਇਹਨਾਂ ਨੂੰ ਕੋਈ ਪ੍ਰੋਟੈਕਟ ਨਹੀਂ ਕਰ ਸਕਦਾ। ਜਦੋਂ 2015 ਦੀ ਇਲੈਕਸ਼ਨ ਹੋਈ ਸੀ, ਕਿਸੇ ਨੇ ਸੁਪਨਾ ਨਹੀਂ ਲਿਆ ਸੀ ਕਿ ਸੀਰੀਅਨ ਕ੍ਰਾਈਸਿਸ ਇੱਡੀ ਭੀੜ ਤੱਕ ਹੋ ਜੂਗੀ ਕਿ ਬੱਚੇ ਸਮੁੰਦਰਾਂ ਦੇ ਵਿੱਚ ਫਲੋਟ ਕਰਕੇ ਆਉਣਗੇ। ਉਦੋਂ ਵੀ ਇਹ ਗੱਲ ਹੋਈ ਸੀਗੀ, ਉਦੋਂ ਕਿਸੇ ਨੇ ਪਲਾਨ ਨਹੀਂ ਸੀ ਕੀਤੀ, ਫਿਕਸ ਡੇਟ ਦੀ ਇਲੈਕਸ਼ਨ ਸੀਗੀ। ਸੋ ਇਲੈਕਸ਼ਨਾਂ ਨੂੰ ਇੰਟਰਨੈਸ਼ਨਲ ਇਵੈਂਟਸ ਦੇ ਨਾਲ ਸੰਬੰਧਿਤ ਕਰਨਾ ਜਾਂ ਟਾਈਮਿੰਗ ਰੱਖਣੀ ਬੜੀ ਔਖੀ ਆ, ਉਹ ਕੋਈ ਪ੍ਰੋਡਕਟ ਨਹੀਂ ਕਰ ਸਕਦਾ। ਕੱਲ੍ਹ ਨੂੰ ਕਿਤੇ ਸ਼ਹਿਰ 'ਚ ਬੰਬ ਚੱਲ ਸਕਦਾ, ਕਿਸੇ ਥਾਂ 'ਤੇ ਰਿਸੈਸ਼ਨ ਹੋ ਸਕਦੀ, ਅੱਗ ਲੱਗ ਸਕਦੀ, ਅਰਥ ਕੁਇਕ ਹੋ ਸਕਦਾ, ਹੇਟੀ 'ਚ ਅਰਥ ਕੁਇਕ ਹੋ ਗਿਆ, ਉਹਦੇ ਕਾਰਨ ਅਸੀਂ ਪ੍ਰੋਡਕਟ ਆਪਣਾ ਨਹੀਂ ਕਰ ਸਕਦੇ। ਆਪਣੇ ਆਪ ਦੇ ਤੌਰ 'ਤੇ ਬੈਸਟ ਕੈਨੇਡਾ ਨੇ ਉਸੇ ਵੇਲੇ ਰਿਸਪੋਂਸ ਕੀਤਾ। ਕੈਨੇਡਾ ਨੇ ਇਵੈਕੂਏਸ਼ਨ ਫਲਾਈਟਾਂ ਐਲਾਈਡ ਫੋਰਸਿਸ ਦੇ ਨਾਲ ਰਲ ਕੇ ਕੀਤੀਆਂ, ਜਿਹਦੇ ਨਾਲ ਹਥਿਆਰਾਂ ਦੀ ਗਿਣਤੀ 'ਚ ਬਾਹਰ ਆਏ ਸੀ, 20,000 ਦੀ ਕਮਿਟਮੈਂਟ ਕੀਤੀ। ਔਰ ਈਵਨ ਜਿਹੜੇ ਅਫਗਾਨਿਸਤਾਨ ਦੇ ਸਿੱਖ ਔਰ ਹਿੰਦੂ ਪਰਿਵਾਰ, ਉਹਨਾਂ ਨੂੰ ਵੀ ਅਸੀਂ ਇੱਕ ਮੋਸਟ ਮੈਜੋਰਿਟੀ ਜਿਹੜੇ ਕਿ ਆਲਰੇਡੀ ਇੰਡੀਆ ਆ ਚੁੱਕੇ, ਉਹਨਾਂ ਨੂੰ ਵੀ ਸ਼ਰਨ ਵਾਸਤੇ ਅਸੀਂ ਪ੍ਰੋਗਰਾਮ ਨੂੰ ਇਨਹੈਂਸ ਕਰਕੇ ਕੀਤਾ। ਔਰ ਜਿਹੜੇ ਉੱਥੇ ਤੱਕ ਏਅਰਪੋਰਟ ਤੱਕ ਆ ਸਕਦੇ ਸੀ, ਉਹਨਾਂ ਨੂੰ ਵੀ ਲਿਆਂਦਾ। ਔਰ ਈਵਨ ਆਖਰੀ ਦਮ ਤੱਕ ਯੂਕਰੇਨੀਅਨ ਦੀ ਇੱਕ ਦਿਨ ਯੂਕਰੇਨੀਅਨਾਂ ਨੇ ਵੀ ਸਾਡੀ ਮਦਦ ਕਰਕੇ 50 ਕੈਨੇਡੀਅਨ ਰੈਸਕਿਊ ਕਰਕੇ ਲਿਆਂਦੇ ਆ। ਸੋ ਇਹ ਐਲਾਈਡ ਫੋਰਸਿਸ ਨਾਲ ਰਲ ਕੇ ਕੀਤਾ। ਅਸੀਂ ਕਈ ਅਮੈਰੀਕਨ ਲਿਆਂਦੇ ਆ, ਕਿਸੇ ਨੇ ਬ੍ਰਿਟਿਸ਼ ਲਿਆਂਦੇ, ਪਰ ਉਹਨਾਂ ਨੂੰ ਡੈਸਟੀਨੇਸ਼ਨ ਕੈਨੇਡਾ ਹੀ ਲਿਆਂਦਾ ਗਿਆ। ਔਰ ਮਿਨਿਸਟਰ ਸੱਜਣ ਨੇ ਜਿੰਨਾ ਚਿਰ ਇਹ ਮਿਸ਼ਨ ਕੰਪਲੀਟ ਨਹੀਂ ਹੋਇਆ ਅਗਸਤ 31 ਤੱਕ, ਉਹਨੇ ਇਨਫੈਕਟ ਕੈਂਪੇਨ ਵੀ ਨਹੀਂ ਕੀਤਾ, ਉਹਨੇ ਆਪਣੇ ਕੈਂਪੇਨ ਸਸਪੈਂਡ ਕਰਕੇ ਉਹਨੇ ਆਪ ਫੁੱਲ ਟਾਈਮ ਦਿਨ ਰਾਤ ਉੱਤੇ 16-16, 18-18, 20-20 ਘੰਟੇ ਇਹਦੇ ਉੱਤੇ ਉਹਨੇ ਤੰਬਾਕੂ ਮੈਂਡੋ ਚੀਨ ਉਹਨੇ ਲਾਏ ਆ। ਔਰ ਉਹਨੇ ਵਧੀਆ ਤਰੀਕੇ ਦੇ ਨਾਲ ਤਕਰੀਬਨ 5-6 ਹਜ਼ਾਰ ਵਿਅਕਤੀ ਲੈ ਆਉਂਦੇ, ਬਾਕੀ ਉਹਨੇ ਜਿਹੜੇ ਆਲਰੇਡੀ ਪਾਕਿਸਤਾਨ ਤੱਕ ਇੰਡੀਆ ਤੱਕ ਪਹੁੰਚ ਗਏ ਉਹਨਾਂ ਨੂੰ ਰੈਸਕਿਊ ਕਰਕੇ ਲਿਆਉਣਗੇ। ਔਰ ਤਾਲਿਬਾਨ ਨਾਲ ਵੀ ਉਹ ਸੰਪਰਕ ਰੱਖ ਕੇ ਕਰਨਗੇ ਤਾਂ ਕਿ ਉਹ ਸੁਰੱਖਿਅਤ ਰੱਖਣ ਅਤੇ ਆਸ ਕਰਦੇ ਕਿ ਕੋਈ ਉਹਨਾਂ ਦੇ ਵਾਰਦਾਤ ਨਾ ਕਰਨ, ਜਿਹੜੇ ਖਾਸ ਕਰਕੇ ਕੈਨੇਡੀਅਨ ਜਾਂ ਕੈਨੇਡੀਅਨ ਦੇ ਹਮਦਰਦੀ ਜਾਂ ਪਿਆਰੇ ਜਾਂ ਰਿਸ਼ਤੇਦਾਰ ਜਾਂ ਇੰਟਰਪ੍ਰੀਟਰਸ ਹੈਗੇ ਜਿਹੜੇ ਉੱਥੇ ਰਹੇ ਆ। ਜੀ ਅੱਛਾ ਰਣਦੀਪ ਜੀ, ਇੱਕ ਹੋਰ ਜਿਹੜਾ ਇਸ਼ੂ ਕਾਫੀ ਜ਼ਿਆਦਾ ਚੱਲਦਾ ਰਿਹਾ ਪਿਛਲੇ ਸਾਲਾਂ ਦੇ ਵਿੱਚ, ਉਹ LMIA ਦੇ ਅਬਿਊਜ਼ ਦਾ, ਫਰੋਡ ਦਾ ਇਸ਼ੂ ਆ। ਹੁਣ ਇਹ ਇੱਕ ਅਜਿਹਾ ਓਪਨ ਸੀਕਰਟ ਹੈ ਵਿਦ ਇਨ ਦੀ ਕਮਿਊਨਿਟੀ, ਅਤੇ ਇਹ ਤਾਂ ਮਤਲਬ ਭਲੀ ਭਾਂਤ ਤੁਸੀਂ ਵੀ ਇਹ ਤੋਂ ਵਾਕਫ ਹੋ। ਹੁਣ ਇੱਕ ਅਜਿਹੀ ਇਹ ਸਥਿਤੀ ਬਣ ਗਈ ਕਿ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਵੀ ਇਹ ਸੋਚਦੇ ਨੇ ਵੀ ਸਰਕਾਰ ਨੇ ਇਹਦੇ ਬਾਰੇ ਕੀਤਾ ਕਿਉਂ ਨਹੀਂ ਕੁਝ, ਜਦੋਂ ਕਿ ਇਹਦੇ ਬਾਰੇ ਚੰਗੀ ਤਰ੍ਹਾਂ ਭਲੀ ਭਾਂਤ ਪਤਾ ਸੀ। ਸੋ ਹੁਣ ਅੱਗੇ ਚੱਲਦੇ ਹੋਏ, ਸ਼ੁੱਡ ਯੂ ਵਿਨ ਅਗੇਨ, ਹੋਰ ਤੁਸੀਂ ਇਹਦੇ ਬਾਰੇ ਕੀ ਕਰਨਾ ਚਾਹੋਗੇ? ਵਟ ਵੁੱਡ ਯੂ ਲਾਈਕ ਟੂ ਸੀ ਹੈਪਨ ਤਾਂ ਕਿ ਇਹ ਪ੍ਰੋਬਲਮ ਟੈਕਲ ਕੀਤੀ ਜਾ ਸਕੇ? ਦੇਖੋ, ਇਹਦੇ ਲਈ ਅਸੀਂ 3 ਚੀਜ਼ਾਂ ਕੀਤੀਆਂ। ਸਭ ਤੋਂ ਪਹਿਲਾਂ ਇਹਦੇ ਲਈ ਕੀਤਾ ਸੀਗਾ ਕਿ ਅਸੀਂ ਜਿਹੜੇ LMIA ਦਾ ਇੰਪਲੋਇਰ ਜਿਹੜਾ ਕੋਈ ਇੰਪਲੋਈ ਜਿਹੜਾ ਕੋਈ ਕੰਮ ਕਰਦਾ ਉਹਨੂੰ ਕੋਈ ਵੀ ਕੋਈ ਪੈਸੇ ਚਾਰਜ ਕਰਦਾ, ਉਹਨੂੰ ਅਬਿਊਜ਼ ਕਰਦਾ, ਹਰਾਸ ਕਰਦਾ, ਨਹੀਂ ਪੇ ਦਿੰਦਾ ਠੀਕ ਤਰੀਕੇ ਨਾਲ, ਉਹ ਇਮੀਡੀਏਟਲੀ ਰਿਪੋਰਟ ਕਰ ਸਕਦਾ CBSA ਜਾਂ ਇੰਪਲੋਇਮੈਂਟ ਕੈਨੇਡਾ ਦੀ ਵੈਬਸਾਈਟ 'ਤੇ, ਅਤੇ ਉਹਨੂੰ ਇੱਕਦਮ ਉਹਦਾ ਓਪਨ ਵਰਕ ਪਰਮਿਟ ਕਰਕੇ ਉਹਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਜਿੰਨਾ ਚਿਰ ਇਨਵੈਸਟੀਗੇਸ਼ਨ ਚੱਲਦੀ, ਕਿ ਉਹ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਲਵੇ ਉਹ ਬੌਂਡਡ ਨਹੀਂ ਰਹੂਗਾ ਉਸ ਦੇ ਨਾਲ। ਸੋ ਇਮੀਡੀਏਟਲੀ ਹੈਲਪ ਕੀਤੀ ਗਈ ਸੀ ਤਾਂ ਕਿ ਕਿਸੇ ਵੀ ਜਿਹੜਾ ਕੋਈ ਭੀੜ ਦੇ ਵਿੱਚ ਆਉਂਦਾ ਉਹਨੂੰ ਇਹ ਤਕਲੀਫ ਨਾ ਆਵੇ, ਉਹਨੂੰ ਪੂਰੀ ਸ਼ਰਨ ਮਿਲੂਗੀ ਕੈਨੇਡਾ ਦੇ ਲੀਗਲ ਸਿਸਟਮ ਦੀ ਐਂਡ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ, ਅਨਇੰਪਲੋਇਮੈਂਟ ਸਿਸਟਮ ਦੀ। ਸੋ ਉਹ ਪਰ ਉਹਦੇ ਉੱਤੇ ਐਕਟ ਕਰਨਾ ਤੁਹਾਡਾ ਆਪ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਰਿਪੋਰਟ ਕਰੋ, ਔਰ ਉਸੇ ਵੇਲੇ ਤੁਹਾਨੂੰ ਇਮੀਡੀਏਟਲੀ ਉਹ ਤੁਹਾਨੂੰ ਹੁੰਦਾ ਦਿਹਾੜੀ ਖੰਡ ਦੇ ਵਿੱਚ ਹੀ ਤੁਹਾਨੂੰ ਹਫ਼ਤੇ ਦੇ ਵਿੱਚ ਮਿਲ ਜਾਂਦਾ। ਦੂਸਰਾ ਪੱਕ ਕੀਤਾ ਸੀ ਕਿ ਜਿਹੜੇ ਕੰਸਲਟੈਂਟ, ਨਾਟ ਸਾਰੇ, ਸਾਰੇ ਕੰਸਲਟੈਂਟ ਮੈਜੋਰਟੀ ਕਾਫੀ ਚੰਗੇ ਆ, ਬਟ ਜਿਹੜੇ ਵਿੱਚ ਮਾੜੇ ਹੈਗੇ ਆ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਮੈਂ ਉਹਦੇ ਵਿੱਚ ਸ਼ਾਮਿਲ ਸੀ। ਉਹ ਸਟੱਡੀ ਕਰਵਾਈ ਗਈ ਸੀ, ਸਟੱਡੀ ਦੀ ਰੈਕਮੈਂਡੇਸ਼ਨ ਦਿੱਤੀ ਗਈ ਸੀ ਕਿ ਸਰਕਾਰੀ ਬਾਡੀ ਹੋਣੀ ਚਾਹੀਦੀ ਉਹਨਾਂ ਨੂੰ ਓਵਰਸਾਈਟ ਕਰਨ ਵਾਸਤੇ, ਉਹ ਸਰਕਾਰੀ ਬਾਡੀ ਮਿਨਿਸਟਰ ਨੇ ਅਪਰੂਵ ਕੀਤੀ। ਉਸ ਤੋਂ ਬਾਅਦ ਲੈਜਿਸਲੇਸ਼ਨ ਡਰਾਫਟ ਕੀਤਾ, ਲੈਜਿਸਲੇਸ਼ਨ ਵੀ December 20 ਨੂੰ ਅਪਰੂਵ ਹੋ ਗਿਆ, ਔਰ November 23 ਨੂੰ ਉਹ ਨਵੀਂ ਇੰਸਟੀਟਿਊਸ਼ਨ ਬਣ ਰਹੀ ਹੈ, ਔਰ ਸਾਰੇ ਜਿਹੜੇ ਕੰਸਲਟੈਂਟ ਉਹਦੇ ਅੰਡਰ ਹੋਣਗੇ। ਉਹਦੇ ਨਾਲ ਉਹ ਕੰਸਲਟੈਂਟ, ਲੀਗਲ ਰਜਿਸਟਰਡ ਕੰਸਲਟੈਂਟ ਔਰ ਨਾਨ, ਜਿਹੜਾ ਝੂਠਾ ਇਹ ਲੀਗਲੀ ਤੌਰ 'ਤੇ ਕੰਮ ਕਰਦਾ, ਸਾਰਿਆਂ 'ਤੇ ਛਾਪਾ ਮਾਰ ਸਕਦੀ, ਲੀਗਲ ਅਥਾਰਟੀ ਦੇ ਨਾਲ ਉਹਨਾਂ 'ਤੇ ਚਾਰਜ ਕਰ ਸਕਦੀ, ਉਹਨਾਂ 'ਤੇ ਕਾਰਵਾਈ ਸ਼ੁਰੂ ਕਰ ਸਕਦੀ, ਛਾਪਾ ਮਾਰ ਸਕਦੀ, ਫਾਈਨ ਕਰ ਸਕਦੀ, ਔਰ ਈਵਨ ਜੇਲ੍ਹ ਤੱਕ ਵੀ ਪੁੱਜ ਸਕਦੀ ਉਹਨਾਂ ਵਾਸਤੇ। ਉਹ ਸ਼ੁਰੂ ਕੀਤੀ ਆ, ਉਹ ਨਵੰਬਰ 23 ਦੇ ਵਿੱਚ ਲਾਗੂ ਹੋ ਗਈ। ਲਾਸਟ ਜਿਹੜਾ ਸੀਗਾ
ਕਿ ਸਾਡੇ ਮਿਨਿਸਟਰ ਕਰਲਾ ਕੌਲ ਚੋਣੋ ਉਹਨਾਂ ਨੂੰ ਇਹ ਗੱਲ ਦਿਖਾਈ ਗਈ ਵੀ ਕਿਸ ਤਰ੍ਹਾਂ ਇਹ ਹੁੰਦਾ। ਉਹਨੇ ਇੱਕ ਪਾਇਲਟ ਆਡਿਟ ਪ੍ਰੋਗਰਾਮ ਆਲਰੇਡੀ ਸ਼ੁਰੂ ਕੀਤਾ ਜਿਹੜਾ ਕਿ ਜਸਟ ਅਬਾਉਟ ਡੇਢ ਕੁ ਮਹੀਨਾ ਹੋਇਆ ਉਹ ਸ਼ੁਰੂ ਹੋਏ ਨੂੰ, ਔਰ ਉਹ ਇਹ ਚੀਜ਼ ਨੂੰ ਆਡਿਟ ਕਰਨ ਲੱਗੀ ਆ। ਲਾਸਟਲੀ ਆਲਰੇਡੀ ਤੁਸੀਂ ਦੇਖੋ ਕੰਸਲਟੈਂਟ ਕਾਫੀ ਹੈਗੇ ਜਿਹਨਾਂ ਦੇ ਚਾਰਜ ਵੀ ਲੱਗ ਚੁੱਕੇ ਆ, ਜਿਹੜੇ ਫਾਰਮਰ ਜਾਂ ਹੋਰ ਇੰਪਲੋਇਰਾਂ ਨੇ ਅਬਿਊਜ਼ ਕੀਤਾ ਉਹਨਾਂ ਦੇ ਉੱਤੇ ਵੀ ਚਾਰਜ ਲੱਗੇ ਔਰ ਹੋਰ ਵੀ ਲੱਗਣਗੇ। ਸੋ ਇਹਦੇ ਉੱਤੇ ਆਲਰੇਡੀ ਔਰ ਆਡਿਟਸ ਤਾਂ ਆਲਰੇਡੀ ਬੜੇ ਸਖਤੀ ਨਾਲ ਚੱਲ ਰਹੇ ਆ, ਸੋ ਇਹਦੇ ਉੱਤੇ ਜ਼ਰੂਰ ਨੱਤ ਪਾਇਆ ਜਾਊਗਾ। ਦੂਸਰੇ ਪਾਸੋਂ ਅਸੀਂ ਹੋਰ ਵੀ ਆਈਡੀਆ ਦੇਖ ਰਹੇ ਕਿ ਇਹਦੇ ਨਾਲ ਅਸੀਂ ਕਰ ਸਕੀਏ, ਬਟ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਰਿਪੋਰਟ ਲੋਕਾਂ ਨੂੰ ਆਪ ਕਰਨਾ ਜ਼ਰੂਰ ਪੈਣਾ। ਪੁਲਿਸ ਸਟੇਟ ਨਹੀਂ ਇੱਥੇ ਹੈਗਾ, ਸੋ ਜਦੋਂ ਕੋਈ ਅਸੀਂ ਦੇਖਦੇ ਹਾਂ ਆਹ ਇੰਪਲੋਇਰ ਕਿਸੇ ਨਾਲ ਧੱਕਾ ਕਰਦਾ, ਆਹ ਬੰਦਾ ਵੇਚਦਾ LMIA, ਸਾਨੂੰ ਰਿਪੋਰਟ ਕਰਾਂਗੇ। ਜੇ ਰਿਪੋਰਟ ਕੀਤੇ ਤੇ ਨਹੀਂ ਕੋਈ ਐਕਸ਼ਨ ਹੁੰਦੀ ਫੇਰ ਸਾਨੂੰ ਤੁਸੀਂ ਆ ਕੇ ਜ਼ਰੂਰ ਕਹੋ, ਪਰ ਸੇਮ ਵੇ ਜਿੱਦਾਂ ਸਾਡੇ ਗੁਆਂਢੀ 'ਤੇ ਚੋਰੀ ਹੁੰਦੀ ਜਾਂ ਸਾਡੇ ਘਰ ਚੋਰੀ ਹੁੰਦੀ ਅਸੀਂ ਪੁਲਿਸ ਨੂੰ ਫੋਨ ਕਰੂੰਗੇ ਤਾਂ ਆਊਗੇ, ਜੇ ਅਸੀਂ ਰਿਪੋਰਟ ਨਹੀਂ ਕਰਨੀ ਕੋਈ ਪੁਲਿਸ ਨੇ ਆਉਣਾ ਨਹੀਂ ਉੱਥੇ ਹੈਗਾ। ਸੋ ਇਹ ਥੋੜ੍ਹਾ ਸਾਡੀ ਜ਼ਿੰਮੇਵਾਰੀ। ਔਰ ਲਾਸਟਲੀ ਉਹ ਵਰਕਰਾਂ ਨੂੰ ਮੈਂ ਆਲਵੇਜ਼ ਕਹਿੰਦਾ ਕਿ ਲੁੱਕ ਕਰਿਆ ਕਰੋ, ਬਹੁਤ ਸਾਰੀਆਂ ਜੋਬਾਂ 95% LMIA ਕੋਈ ਚਾਰਜ ਨਹੀਂ ਕਰਦਾ, ਗੋਰਿਆਂ ਦੀਆਂ ਮੇਨ ਸਟ੍ਰੀਮ ਕੰਪਨੀਆਂ LMIA ਦਿੰਦੇ ਆ ਔਰ ਉਹ ਵਰਕਰ ਚਾਹੁੰਦੇ ਆ ਕਿਉਂਕਿ ਬਹੁਤ ਸ਼ੋਰਟੇਜ ਆਫ ਵਰਕਰਸ ਹੈਗੇ। ਉਹ ਬੋਨਸ ਵੀ ਦਿੰਦੇ ਆ ਜੇ ਤੁਸੀਂ ਆ ਕੇ ਕੰਮ ਕਰੋ, ਪਰ ਥੋੜ੍ਹਾ ਆਪਣਾ ਹਰਾਈਜ਼ਨ ਬਰੋਡਨ ਕਰਨਾ ਪੈਣਾ ਕਿ ਅਸੀਂ ਸਿਰਫ ਉਹ ਹੀ 4-5 ਥਾਵਾਂ 'ਤੇ ਨਾ ਦੇਖੀਏ ਇੰਪਲੋਇਮੈਂਟ, ਅਸੀਂ ਥੋੜ੍ਹਾ ਜਿਹਾ ਉਹ ਘੇਰੇ ਤੋਂ ਬਾਹਰ ਵੀ ਜਾ ਕੇ ਦੇਖੀਏ, ਉਹਦੇ ਨਾਲ ਆਪ ਹੀ LMIA ਡਰੋਪ ਹੋ ਜਾਣੀਆਂ। ਰਣਦੀਪ ਜੀ, ਤੁਸੀਂ ਜਿਹੜੀ ਹੁਣ ਇਹ ਗੱਲ ਕਹੀ ਵੀ ਕੁਝ ਕੰਪਨੀਆਂ ਸਪੈਸੀਫਿਕ ਵੀ ਉਹ ਲੈਜੀਟੀਮੇਟ LMIAs ਵੀ ਦਿੰਦੀਆਂ, ਤਾਂ ਕੀ ਤੁਸੀਂ ਇਹ ਇਸ਼ਾਰਾ ਕਰ ਰਹੇ ਹੋ ਕਿ ਜਿਹੜੇ ਐਥਨਿਕ ਬੈਕਗਰਾਉਂਡ ਵਾਲੇ ਇੰਪਲੋਇਰਸ ਨੇ ਉਹ ਚਾਰਜ ਕਰਦੇ ਨੇ LMIA ਵਾਸਤੇ ਤੇ ਉਹਨਾਂ ਵੱਲੋਂ ਹੀ ਇਹ ਸਾਰੀ ਪ੍ਰੋਬਲਮ ਆ ਰਹੀ ਆ? ਨਹੀਂ, ਬਿਲਕੁਲ ਨਹੀਂ। ਮੈਂ ਕਹਿੰਦਾ ਕਿ 95 ਮੈਨੂੰ ਐਥਨਿਕ ਵਾਲੇ ਵੀ ਬਹੁਤ ਵਧੀਆ ਇੰਪਲੋਇਰ ਆ ਸਾਡੇ ਸਰੀ ਦੇ ਵਿੱਚ, ਜਿਹੜੇ ਕਿ ਫਾਰਮ ਤੋਂ ਲੈ ਕੇ ਪ੍ਰੋਡਕਸ਼ਨ ਤੋਂ ਲੈ ਕੇ ਸਾ ਮਿੱਲਾਂ ਤੋਂ ਲੈ ਕੇ ਟਰੱਕ ਫੈਸਿਲਿਟੀਆਂ 'ਚ ਬੜੇ ਲਜਰਮਟ ਬਹੁਤ ਵਧੀਆ ਚੱਲਦੇ। ਮੈਂ ਕਹਿੰਦਾ ਕਿ 95% ਐਕਚੁਲੀ ਜਿਹੜਾ ਇੰਪਲੋਇਮੈਂਟ ਪ੍ਰੋਗਰਾਮ ਇਹ ਬਹੁਤ ਵਧੀਆ ਚੱਲਦਾ, ਇਹ ਮਿਸਯੂਜ 4-5% ਦੇ ਵਿੱਚ ਚੱਲਦਾ। ਪ੍ਰੋਬਲਮ ਹੈ ਕਿ ਉਹ ਜਿਹੜੇ ਫਸ ਜਾਂਦੇ ਉਸੇ ਗੇਟ ਦੇ ਵਿੱਚ ਫਸ ਜਾਂਦੇ, ਉਹ ਇੱਕ LMI ਉਹਨਾਂ ਦਾ ਥੋਟ ਪ੍ਰੋਸੈਸ ਬਣ ਜਾਂਦਾ ਕਿ ਖਰਾ ਇਹ ਵਿਕਦੇ ਹੀ ਆ ਤਾਂ ਮੈਨੂੰ ਉਹ ਵੇਚਣ ਵਾਲੇ ਹੀ ਕੋਈ ਹੋਰ ਕੋਲ ਜਾਣਾ ਪਊਗਾ। ਉਹ ਇਹ ਨਹੀਂ ਦੇਖਦੇ ਕਿ ਅਸੀਂ ਆਨਲਾਈਨ ਜਾ ਕੇ ਦੇਖੀਏ ਕਿ ਕਿਹੜੇ ਇੰਪਲੋਇਰ ਆ ਜਿਹੜੇ ਕਿ ਵੈਸੇ ਹੀ ਚਾਹੁੰਦੇ ਆ ਵਰਕਰ ਜਿਹੜੇ ਸਾਨੂੰ ਆਪ ਅਰਜ ਕਰਦੇ ਇੱਥੇ ਆਓ। ਈਵਨ ਛੋਟੇ ਟਾਊਨ ਵਾਲੇ ਵਿਲੀਅਮਸ ਲੇਕ, ਮੈਰਿਟ, ਕੈਮਲੂਪਸ, ਕਲੋਨਾ, ਇਹ ਸਾਰਿਆਂ ਦੇ ਫੋਨ ਆਉਂਦੇ ਕਿ ਵਰਕਰ ਭੇਜੋ, ਬੋਨਸ ਦਿੰਦੇ ਆ ਸਿਕਾ ਵੀ ਤੁਸੀਂ ਆ ਕੇ ਕੰਮ ਕਰੋ। ਸੋ ਇਹ ਇਹ ਚੀਜ਼ ਹੈ ਮੇਰਾ ਹਾਲ ਕੁਐਸਚਨ ਕਿ ਥੋੜ੍ਹਾ ਹਰਾਈਜ਼ਨ ਖੋਲ੍ਹ ਕੇ ਇਹ ਨਾ ਦੇਖੋ ਕਿ ਜਿਹੜਾ 'ਚ ਅੱਗੇ ਅਸੀਂ ਸੁਣਿਆ ਉਹ ਉੱਥੇ ਜਾ ਕੇ ਕਰੋ, ਬਾਹਰ ਵੀ ਆਨਲਾਈਨ ਆਪ ਦੇਖੋ। ਅੱਜ ਕੱਲ੍ਹ ਜਿਹੜੇ ਆਉਂਦੇ ਆ ਕਾਫੀ ਪੜ੍ਹੇ ਲਿਖੇ ਆਉਂਦੇ ਆ, ਜੇ ਆਪ ਨਹੀਂ ਪੜ੍ਹੇ ਲਿਖੇ ਬਹੁਤ ਏਜੰਸੀ ਉਹਨਾਂ ਨੂੰ ਹੈਲਪ ਕਰਕੇ ਗਾਈਡ ਕਰ ਸਕਦੀਆਂ ਇੰਪਲੋਇਮੈਂਟ ਵੀ ਕਿੱਥੇ ਕਿੱਥੇ ਹੈਗਾ। ਰਣਦੀਪ ਜੀ, ਇੱਕ ਸਵਾਲ ਹੋਰ ਕਿ ਐਤਕੀ ਨਾ ਦੇਖੋ ਜਦੋਂ ਕਦੇ ਵੀ ਇਲੈਕਸ਼ਨ ਹੁੰਦਾ ਸਾਈਨਸ ਵਗੈਰਾ ਵੈਂਡਲਾਈਜ਼ ਇਹ ਅਨਫੋਰਚੁਨੇਟਲੀ ਹੁੰਦੇ ਹੀ ਨੇ ਹਮੇਸ਼ਾ, ਐਤਕੀ ਵੀ ਤੁਹਾਡਾ ਸਾਈਨ ਵੀ ਵੈਂਡਲਾਈਜ਼ ਹੋਇਆ ਸੀ ਕੁਝ ਹਫ਼ਤੇ ਪਹਿਲਾਂ, ਪਰ ਐਤਕੀ ਲੈਵਲ ਆਫ ਐਗਰੈਸ਼ਨ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਇਲੈਕਸ਼ਨ ਦੇ ਵਿੱਚ। ਜਿਸ ਹਿਸਾਬ ਨਾਲ ਪ੍ਰਧਾਨ ਮੰਤਰੀ ਦੇ ਵੱਖੋ ਵੱਖਰੇ ਇਵੈਂਟਸ ਹੁੰਦੇ ਨੇ ਉੱਥੇ, ਜਿਵੇਂ ਪ੍ਰੋਟੈਸਟਰ ਪਹੁੰਚ ਰਹੇ ਨੇ ਕੱਲ੍ਹ ਉਹਨਾਂ 'ਤੇ, ਜਿਵੇਂ ਉਹ ਗ੍ਰੈਵਲ ਸੁੱਟੀ ਗਈ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਹੁਣ ਤੁਹਾਨੂੰ ਵੀ ਪੋਲੀਟਿਕਸ ਦੇ ਵਿੱਚ 5-6 ਸਾਲ ਹੋ ਚੁੱਕੇ ਨੇ, ਅਜਿਹੀ ਸਥਿਤੀ ਪਹਿਲਾਂ ਕਦੇ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਨਹੀਂ ਸੀ ਵੇਖੀ ਗਈ? ਇਹ ਦੇਖੋ ਮੇਰੇ ਹਿਸਾਬ ਦੇ ਨਾਲ ਜਿਹੜਾ ਰਾਈਟ ਵਿੰਗ ਐਕਸਟ੍ਰੀਮਿਜ਼ਮ ਆ, ਖਾਸ ਕਰਕੇ ਅਮਰੀਕਾ ਤੋਂ ਡੋਨਲਡ ਟਰੰਪ ਵੇਲੇ ਦਾ ਸਪਿਲ ਓਵਰ ਇਫੈਕਟ ਆ, ਕਿ ਇਹ ਜਿਹੜੀ ਅੱਗੇ ਉਹ ਥੋੜ੍ਹੀ ਜਿਹੀ ਦਿਮਾਗ ਦੇ ਵਿੱਚ ਜਾਂ ਚੁੱਪ ਕੀਤੀ ਸੋਚ ਹੁੰਦੀ ਸੀਗੀ, ਸਪਰੈਸ ਸੀਗੀ, ਉਹ ਜ਼ਾਹਰ ਕਰਨ ਲੱਗ ਪਿਆ। ਅੱਜ ਕੱਲ੍ਹ PPC ਲੀਡਰ ਮੈਕਸਿਮ ਬਰਨੀ ਵਰਗੇ ਜਿਹੜੇ ਕਿ ਓਪਨਲੀ ਫਲਾਂਟ ਕਰਦੇ ਇਸ ਚੀਜ਼ਾਂ ਨੂੰ ਹਜ਼ਾਰਾਂ ਦੀ ਗਿਣਤੀ 'ਚ, ਉਹਨਾਂ ਦੇ ਕਈ ਰੈਲੀਆਂ 'ਤੇ ਵੀ ਆਉਂਦੇ ਆ, ਇਹ ਟਾਈਪ ਆਫ ਲੋਕ ਔਰ ਕੰਜ਼ਰਵੇਟਿਵ ਦੇ ਕਈ ਵਾਲੰਟੀਅਰ ਵੀ ਫੜੇ ਗਏ ਜਿਹੜੇ ਕਿ ਕਰਦੇ ਆ। ਸੋ ਆਈ ਥਿੰਕ ਇਹ ਬਹੁਤ ਅਬਿਊਸ ਆ, ਬਹੁਤ ਰੋਂਗ ਆ, ਔਰ ਇਹ ਕੈਨੇਡੀਅਨ ਸੋਚ ਦੇ ਨਾਲ ਨਹੀਂ, ਔਰ ਇਹਦੇ ਨਾਲ ਐਕਚੁਅਲੀ ਰਿਐਕਸ਼ਨ ਬੜਾ ਗਲਤ ਹੋ ਰਿਹਾ ਔਰ ਉਹਨਾਂ ਵਾਸਤੇ ਵੀ ਨੁਕਸਾਨਦਾਰ ਆ। ਲੋਕ ਕੈਨੇਡੀਅਨ ਜਿਹੜੇ 99% ਆ ਉਹ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ ਔਰ ਨਾ ਟੋਲਰੇਟ ਕਰਦੇ। ਮੇਰੇ ਕੇਸ ਦੇ ਵਿੱਚ ਮੈਨੂੰ ਹੰਡਰਡਸ ਆਫ ਫੋਨ ਕਾਲਸ ਐਂਡ ਫੋਨ ਮੈਸੇਜਿਸ ਆਏ ਔਰ ਟੈਕਸਟ ਮੈਸੇਜ ਔਰ ਆਨਲਾਈਨ ਸੋਸ਼ਲ ਮੀਡੀਆ ਕਿ ਇਹ ਕੈਨੇਡੀਅਨ ਵੇ ਨਹੀਂ, ਇਹ ਬਹੁਤ ਗਲਤ ਆ, ਔਰ ਅਸੀਂ ਤੁਹਾਨੂੰ ਸਪੋਰਟ ਕਰਦੇ, ਅਸੀਂ ਆਪ ਪੈਸੇ ਤੁਹਾਡੇ ਸਾਈਨ ਲੈ ਦਿੰਦੇ, ਐਕਸੈਟਰਾ ਐਕਸੈਟਰਾ। ਸੋ ਇਹ ਆਈ ਥਿੰਕ ਇਹ ਨੱਥ ਪਾਉਣਾ ਪੈਣਾ, ਇਹਨੂੰ ਕੰਟਰੋਲ ਕਰਨਾ ਪੈਣਾ। ਇਹ ਜਿਹੜੇ ਮਲਟੀਕਲਚਰਲ ਡਾਇਵਰਸ ਸੋਸਾਇਟੀ 'ਚ ਆਪਾਂ ਰਹਿੰਦੇ ਹਾਂ, ਆਲਵੇਜ਼ ਪਰਫੈਕਟ ਸਮੂਥ ਸੇਲਿੰਗ ਨਹੀਂ ਹੁੰਦੀ। ਜਦੋਂ ਇੱਦਾਂ ਦੀਆਂ ਚੜਾਈਆਂ ਆਉਂਦੀਆਂ, ਸਾਨੂੰ ਸਾਰਿਆਂ ਨੂੰ ਹਮਲਾ ਕਰਨਾ ਪੈਂਦਾ ਕਿ ਇਹਨੂੰ ਕੁਆਸ਼ ਕਰਨ ਵਾਸਤੇ। ਇਹ 'ਚ ਪਾਰਟੀ ਲੀਡਰਾਂ ਨੂੰ ਵੀ ਕਰਨਾ ਪੈਣਾ, ਸੋਸਾਇਟੀ ਦੇ ਜਿਹੜੇ ਵੱਡੇ ਸਟੇਕ ਹੋਲਡਰ ਜਾਂ ਸੋਸਾਇਟੀ ਜਾਂ
ਆਰਗੇਨਾਈਜੇਸ਼ਨ ਉਹਨਾਂ ਨੂੰ ਕਰਨਾ ਪੈਣਾ, ਆਲ ਲੈਵਲਸ ਆਫ ਗਵਰਨਮੈਂਟ ਨੂੰ ਇੱਥੇ ਕਰਨਾ ਪੈਣਾ, ਔਰ ਇਹ ਜਿਹੜੀ ਅਨਜਾਗਰਤ ਆ ਇਗਨੋਰੈਂਸ ਆ ਇਹਨੂੰ ਖਤਮ ਕਰਨ ਵਾਸਤੇ ਸਾਨੂੰ ਬਹੁਤ ਐਫਰਟ ਕਰਨੀ ਪੈਂਦੀ ਆ, ਇਹ ਲਾਜ ਨੂੰ ਐਕਸਟੈਂਜਨ ਕਰਨਾ ਪੈਣਾ ਜਿੱਥੇ ਹੇਟ ਕ੍ਰਾਈਮ ਹੁੰਦੇ ਆ ਕਿ ਇਹ ਨਫ਼ਰਤ ਨਾਜ਼ਾਰ ਹੋਵੇ। ਉਹ ਫੋਰ ਐਗਜ਼ਾਮਪਲ ਸਵਾਸਤਿਕਾ ਮੇਰੇ ਵਾਸਤੇ ਤਾਂ ਹੈਗਾ ਹੀ ਮਾੜਾ, ਪਰ ਜਿਹੜਾ ਕੋਈ ਜੂ ਉਹਨੂੰ ਦੇਖਦਾ ਉਹਦੇ ਵਾਸਤੇ ਕੀ ਉਹ ਮੈਸੇਜ ਦੇ ਰਿਹਾ ਉਹ ਬਹੁਤ ਹੀ ਗਲਤ ਹੈਗਾ। ਸੋ ਇਸ ਚੀਜ਼ ਨੂੰ ਦੇਖਦੇ ਆਈ ਥਿੰਕ ਸਾਰਿਆਂ ਨੂੰ ਇਹਦਾ ਧਿਆਨ ਦੇਣਾ ਚਾਹੀਦਾ। ਰਣਦੀਪ ਜੀ, ਸ਼ੁੱਡ ਯੂ ਵਿਨ ਅਗੇਨ, ਤੁਸੀਂ ਆਪਣੀ ਰਾਈਡਿੰਗ ਵਾਸਤੇ ਸਪੈਸੀਫਿਕਲੀ ਕੀ ਵਿਜ਼ਨ ਰੱਖਦੇ ਹੋ, ਕੀ ਕਰਨਾ ਚਾਹੋਗੇ, ਸਪੈਸ਼ਲੀ ਗੈਂਗ ਵਾਇਲੈਂਸ ਅਤੇ ਗਨ ਵਾਇਲੈਂਸ ਨੂੰ ਲੈ ਕੇ ਲੋਕਾਂ ਦਾ ਬਹੁਤ ਵੱਡਾ ਕੰਸਰਨ ਹੈ, ਡਰੱਗਸ ਦੀ ਓਵਰਡੋਜ਼ ਸਮੱਸਿਆ ਨੂੰ ਲੈ ਕੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਮੈਂ ਪਹਿਲੀ ਗੱਲ ਤਾਂ ਜੋ ਅਸੀਂ ਪਾਸਟ ਦੇ ਵਿੱਚ 5-6 ਸਾਲਾਂ ਦੇ ਵਿੱਚ ਕੀਤਾ ਉਹਨੂੰ ਸਟਰੈਂਥਨ ਕਰਨਾ ਚਾਹੁੰਦੇ। ਸੋ ਜਿਹੜਾ ਅਸੀਂ $7.5 million $5 ਦਿੱਤਾ ਸਰੀ ਸੇਫ ਪ੍ਰੋਗਰਾਮ ਨੂੰ, ਜਿਹੜਾ ਕਿ 4500 ਬੱਚਿਆਂ ਨੂੰ ਪ੍ਰੀਵੈਂਟ ਕਰਨ ਨੂੰ ਔਰ ਹੈਲਪ ਕਰਨ ਵਾਸਤੇ ਬਣਾਇਆ, 2300 ਬੱਚਾ ਆਲਰੇਡੀ ਉਹਨਾਂ ਦੇ ਥਰੂ ਜਾ ਚੁੱਕਾ, ਉਹਨੂੰ ਅਸੀਂ ਆਨਗੋਇੰਗ ਫੰਡਿੰਗ ਵਾਸਤੇ ਆਲਰੇਡੀ $250 million ਐਲਾਨ ਵੀ ਕੀਤਾ ਸਾਡੇ ਬਜਟ 'ਚ, ਜੇ ਅਸੀਂ ਜਿੱਤੇ ਤਾਂ ਉਹ ਹੋਊਗਾ, ਤਾਂ ਕਿ ਉਹਨਾਂ ਨੂੰ ਇੱਦਾਂ ਹੀ ਕੰਟੀਨਿਊਇੰਗ ਫੰਡਿੰਗ ਮਿਲੀ ਜਾਊਗੀ ਤਾਂ ਕਿ ਅਸੀਂ ਬੱਚਿਆਂ ਨੂੰ ਪ੍ਰੀਵੈਂਟ ਕਰੀਏ ਡਿਮਾਂਡ ਆਫ ਡਰੱਗਸ ਐਂਡ ਗੈਂਗਸ ਐਂਡ ਗਨ ਵਾਇਲੈਂਸ ਹੋਵੇ। ਦੂਸਰੀ, ਅਸੀਂ ਗਨ ਲਾਜ਼ ਹੋਰ ਸਟ੍ਰਿਕਟ ਕਰਨ ਵਾਸਤੇ ਆਲਰੇਡੀ ਅਸੀਂ 10 ਲੈਜਿਸਲੇਸ਼ਨ ਕਰ ਚੁੱਕੇ ਹਾਂ, ਹੁਣ ਅਸੀਂ ਹੋਰ ਉਹਨੂੰ ਸਟ੍ਰੈਂਥਨ ਕਰਨਾ, ਕੰਜ਼ਰਵੇਟਿਵਸ ਉਹਨੂੰ ਰੋਲ ਬੈਕ ਕਰਨਾ ਮੰਗਦੇ ਆ, ਉਹਨੂੰ ਬੈਕ ਲਿਆਉਣਾ ਚਾਹੁੰਦੇ ਆ, ਅਸੀਂ ਉਸ ਨੂੰ ਕੱਸਣਾ ਚਾਹੁੰਦੇ ਕਿ ਗਨ ਲਾਜ਼ ਹੋਰ ਵੀ ਹੋਣ। ਜਿਹੜੇ ਸ਼ਹਿਰ ਆ, ਮੈਂ ਆਸ ਕਰੂੰਗਾ ਕਿ ਸਰੀ ਵੀ ਹੋਪਫੁਲੀ ਹੈਂਡ ਗਨ ਬੈਨ ਤੱਕ ਆਊਗਾ, ਜੇ ਹੈਂਡ ਗਨ ਬੈਨ ਲਿਆਊਗਾ ਅਸੀਂ ਉਹਦੇ ਵਾਸਤੇ ਵੀ ਫਾਈਨੈਂਸ਼ੀਅਲ ਸਪੋਰਟ ਦਿਉਂਗੇ। ਜਿਹੜੇ ਗਨ ਇਲੀਗਲ ਤਰੀਕੇ ਨਾਲ ਲਿਆਉਂਦੇ ਉਹਨਾਂ ਦੀਆਂ ਸਜ਼ਾ ਵਧਾਈਆਂ ਗਈਆਂ, ਹੋਰ ਵੀ ਸਜ਼ਾ ਵਧਾਈਆਂ ਜਾਣਗੀਆਂ। ਇਸ ਤੋਂ ਇਲਾਵਾ ਹੋਰ ਆਪਰਚੁਨਿਟੀਜ਼ ਜੇ ਅਸੀਂ ਕ੍ਰੀਏਟ ਕਰੀਏ ਸਿਟੀ 'ਚ, ਮੈਂ ਆਲਰੇਡੀ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਦਾ ਇੰਜੀਨੀਅਰਿੰਗ ਕੈਂਪਸ ਜਿਹਦੇ ਵਿੱਚ 450 ਇੰਜੀਨੀਅਰਸ ਆਉਂਦੇ ਉਹ ਸਰੀ 'ਚ ਅਨਾਊਂਸ ਕਰਕੇ ਫੰਡ ਕਰਕੇ ਬਣ ਚੁੱਕਾ, 2000 ਵਿਅਕਤੀ ਉੱਥੇ ਆਲਰੇਡੀ ਪੜ੍ਹ ਰਹੇ ਆ। ਇਸ ਤਰ੍ਹਾਂ ਅਸੀਂ ਹੋਰ ਆਸ ਹੈਗੇ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਮੈਡੀਕਲ ਕਾਲਜ ਦਾ ਅਨਾਊਂਸ ਕੀਤਾ, ਮੈਡੀਕਲ ਸਕੂਲ ਦਾ, ਅਸੀਂ ਉਹਨੂੰ ਅਸੀਂ ਸਹਾਇਤਾ ਦੇ ਕੇ ਜਲਦੀ ਤੋਂ ਜਲਦੀ ਸਰੀ ਦੇ ਵਿੱਚ ਮੈਡੀਕਲ ਸਕੂਲ ਲਿਆਵਾਂਗੇ, ਤਾਂ ਕਿ ਸਾਡੇ ਬੱਚੇ ਇੱਥੇ ਮੈਡੀਕਲ ਕਰਨਗੇ, ਇੱਥੇ ਇੰਜੀਨੀਅਰਿੰਗ ਕਰਨਗੇ, ਉਹਨਾਂ ਨੂੰ ਆਪਰਚੁਨਿਟੀਜ਼ ਹੋਊਗੀ। ਥਰਡ ਚੀਜ਼ ਹੈਗੀ, ਮੈਂ ਆਲਰੇਡੀ ਰੀਜਨਲ ਡਿਵੈਲਪਮੈਂਟ ਏਜੰਸੀ ਦਾ ਹੈੱਡਕੁਆਟਰਸ ਸਰੀ ਦੇ ਵਿੱਚ ਲਿਆਂਦਾ, ਉਹਦੀ ਅਨਾਊਂਸਮੈਂਟ ਹੋ ਗਈ, ਉਹਦਾ $550 million ਦਾ ਬਜਟ ਹੈ, ਔਰ ਹੰਡਰਡਸ ਉੱਥੇ ਇੰਪਲੋਇਮੈਂਟ ਆਪਰਚੁਨਿਟੀਜ਼ ਹੋਣੀਆਂ। ਇਸ ਤਰ੍ਹਾਂ ਦੇ ਹੋਰ ਰੀਜਨਲ ਆਫਿਸ ਲਿਆਉਣਾ ਚਾਹੁੰਦਾ ਇੱਥੇ ਸਰੀ ਦੇ ਵਿੱਚ, ਪਹਿਲੀ ਵਾਰੀ ਨੈਸ਼ਨਲ ਹੈੱਡਕੁਆਟਰ ਇੱਕ ਕੋਈ ਫੈਡਰਲ ਏਜੰਸੀ ਦਾ ਇੱਥੇ ਹੋਣਾ। ਅਸੀਂ ਸਰੀ ਨੂੰ ਆਪਣਾ ਹੱਬ ਬਣਾ ਦੇਣਾ ਕਿ ਵੈਨਕੂਵਰ, ਡਾਊਨਟਾਊਨ ਵੈਨਕੂਵਰ ਤੋਂ ਨੈਕਸਟ ਜਿਹੜਾ ਸਰਵਿਸ ਸੈਂਟਰ ਜਿੱਥੇ ਸਰਕਾਰੀ ਜੋਬਸ ਐਂਡ ਇੰਪਲੋਇਮੈਂਟ ਆਪਰਚੁਨਿਟੀਜ਼ ਐਂਡ ਹੈੱਡਕੁਆਟਰਸ ਹੋਣਗੇ ਉਹ ਸਰੀ ਦੇ ਵਿੱਚ ਹੋਣਗੇ, ਔਰ ਵੈਨਕੂਵਰ ਦੇ ਬਰਾਬਰ ਦੇ ਲੈਵਲ ਦੇ ਹੋਣਗੇ, ਤਾਂ ਕਿ ਸਾਡੇ ਬੱਚਿਆਂ ਨੂੰ ਔਰ ਸਾਡੇ ਆਉਣ ਵਾਲੇ ਇੰਪਲੋਇਮੈਂਟ ਆਪਰਚੁਨਿਟੀਜ਼ ਇੱਥੇ ਹੀ ਹੋਣਗੀ। ਔਰ ਲਾਸਟਲੀ, ਜਿੱਦਾਂ ਇਨਫਰਾਸਟ੍ਰਕਚਰ ਅਸੀਂ ਸਕਾਈ ਟ੍ਰੇਨ ਲਈ ਦਿੱਤਾ, ਇਸੇ ਤਰ੍ਹਾਂ ਅਸੀਂ ਹੋਰ ਇਨਫਰਾਸਟ੍ਰਕਚਰ, ਇਲੈਕਟ੍ਰਿਕ ਬੱਸਿਸ, ਈਵੀ ਚਾਰਜਰਸ, ਤਾਂ ਕਿ ਲੋਕਾਂ ਦੀ ਲਾਈਫ ਥੋੜ੍ਹੀ ਸਿਖਾਲੀ ਹੋਵੇ, ਇਨਵਾਇਰਮੈਂਟ ਨੂੰ ਵੀ ਸੇਵ ਕਰੀਏ ਤਾਂ ਉਹਨਾਂ ਦੀ ਜੇਬ ਦੇ ਵਿੱਚ ਵੀ ਖਰਚ ਸੇਵ ਕਰੀਏ। ਔਰ ਲਾਸਟਲੀ, ਜਿਹੜਾ $10 a day ਚਾਲ ਕੇ ਰਿਹਾ, ਇਹਦੇ ਨਾਲ 30,000 ਸਪੇਸਿਸ BC ਦੇ ਵਿੱਚ ਕ੍ਰੀਏਟ ਹੋਣੇ। ਮੈਂ ਉਹ ਚਾਹੁੰਦਾ ਕਿ ਸਰੀ ਸੈਂਟਰ ਦੇ ਵਿੱਚ, ਸਕਾਈਟ੍ਰੇਨ ਦੇ ਨਜ਼ਦੀਕ ਔਰ ਨੇਬਰਹੁੱਡ ਦੇ ਨਜ਼ਦੀਕ ਇਹ ਵੱਧ ਤੋਂ ਵੱਧ ਚਾਲ ਕੇਅਰ ਫੈਸਿਲਿਟੀਆਂ ਖੁੱਲ੍ਹਣ, ਤਾਂ ਕਿ ਸਾਡੀਆਂ ਭੈਣਾਂ ਖਾਸ ਕਰਕੇ ਕੰਮ ਕਰ ਸਕਣ, ਗੁੱਡ ਜੋਬ 'ਤੇ ਆਪਣੇ ਮੇਨ ਅਰਨਿੰਗ ਈਅਰ ਦੇ ਵਿੱਚ ਕਮਾਉਣ, ਔਰ ਪਰਿਵਾਰਾਂ ਨੂੰ ਫਾਈਨੈਂਸ਼ਲੀ ਵੀ ਸਪੋਰਟ ਹੋਰ ਮਿਲੇ। ਇਹਦੇ ਨਾਲ ਬਹੁਤ ਵੱਡਾ, ਤਕਰੀਬਨ 2000 ਮਹੀਨੇ ਦਾ, 20-24 ਸਾਲ ਦੀ ਮਦਦ ਹੋਊਗੀ ਜੀ। ਰਣਦੀਪ ਸਰਾਏ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਐਂਡ ਗੁੱਡ ਲੱਕ ਫੋਰ ਦ ਰੈਸਟ ਆਫ ਦ ਕੈਂਪੇਨ। ਮਿਹਰਬਾਨੀ ਵਿਜੇ, ਥੈਂਕ ਯੂ, ਤੁਹਾਡੇ ਸਾਰੇ ਗੁੱਡ ਵਿਸ਼ਿਜ਼ ਦਾ। ਮਿਹਰਬਾਨੀ ਜੀ।